ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ JMG ਵਲੌਗਸ 'ਚ ਵੈਲਕਮ ਹੈ। ਅੱਜ ਅਸੀਂ ਕਰੂੰਗੇ ਅਨਬੋਕਸਿੰਗ। ਸੋ ਗਾਇਸ, ਹੁਣ ਅਸੀਂ ਬੋਕਸ ਖੋਲ੍ਹਦੇ ਹਾਂ। ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਦਾ ਨਾਮ ਹੈਗਾ ਮੂਵ ਰਿਚਰਡ 50 liter ਸਕੁਐਰ ਸੈਂਸਰ ਬਿਨ, ਅਤੇ ਇਹ ਸੈਂਸਰ ਵਾਲਾ। ਸੋ ਇੱਥੇ ਮਾੜੇ ਨਾਲ ਹੱਥ ਮਾਰੋ ਤਾਂ ਆਟੋਮੈਟਿਕਲੀ ਉਹਦੀ ਲਿਡ ਖੁੱਲ੍ਹ ਜਾਂਦੀ ਹੈ, ਅਤੇ ਹੁਣ ਮੈਨੂੰ ਖੋਲ੍ਹ ਲੈਂਦੀ ਹੈ। ਸੋ ਗਾਇਸ, ਮੈਂ ਖੋਲ ਪਾਇਆ, ਅਤੇ ਫਸਟ ਜੇ ਤੁਸੀਂ ਖੋਲ੍ਹੋ ਤੁਹਾਨੂੰ ਆਹ ਦਿਖਦਾ ਆ, ਇਹ ਉਹਨਾਂ ਦੀ ਕਵਰਿੰਗ ਲਾਈ ਹੋਈ ਆ। ਸੋ ਇਹਨੂੰ ਮੈਂ ਲਾ ਲੈਂਦੀ ਹਾਂ, ਬਹੁਤ ਸਟਾਈਲ ਫੋਮ ਹੈ। ਫਿਰ ਦੂਸਰੀ ਚੀਜ਼ ਵਿੱਚ ਹੋਰ ਸਟਾਈਲ ਫੋਮ, ਇਹ ਹੈਗੀ ਸਪੋਰਟ ਵਾਸਤੇ, ਅਤੇ ਫਿਰ ਹੈਗਾ ਆਹ ਦੇਖੋ ਅੰਦਰ ਦੀ ਕਿੱਦਾਂ। ਅਤੇ ਹੁਣ ਅਸੀਂ ਕੱਢਦੇ ਹਾਂ, ਆਹ ਹੈਗੀ ਇਹਦੀ ਲਿਡ ਦਾ ਢੱਕਣ, ਇਹਨੂੰ ਮੈਂ ਸੈੱਟ ਨਾਲ ਕਰਨੀ ਹਾਂ। ਅਤੇ ਹੁਣ ਮੈਂ ਐਕਚੁਅਲ ਬਿਨ ਕੱਢਦੀ ਹਾਂ। ਸਵਾਹ ਬਿਨ ਹੈ ਅਤੇ ਵਿੱਚ ਹੋਰ ਸਟਾਈਲ ਫੋਮ ਹੈ। ਸੋ ਮੈਂ ਬੋਕਸ ਨੂੰ ਡਿਸਪੋਜ ਕਰਕੇ ਆਉਂਦੀ ਹਾਂ ਅਤੇ ਫਿਰ ਮੈਂ ਤੁਹਾਨੂੰ ਬਿਨ ਦਿਖਾਉਂਦੀ ਹਾਂ। ਸੋ ਗਾਇਜ਼, ਮੈਂ ਬਿਨ ਨੂੰ ਕੱਢ ਲਿਆ ਆ ਬੋਕਸ ਦੇ ਵਿੱਚੋਂ ਦੀ। ਇਹ ਅਸੀਂ ਬਲੈਕ ਕਲਰ ਲਿਆ ਆ, ਪਰ ਉੱਥੇ ਕਲਰ ਹੋਰ ਵੀ ਅਵੇਲੇਬਲ ਸੀਗੇ। ਅਤੇ ਇਹਦੇ ਅੰਦਰ ਨਾ ਜਗ੍ਹਾ ਹੈ 50 liter ਹੈ, ਅਸਲੀ ਮੁੱਲ ਹੈਗਾ ਆਹ ਢੱਕਣ ਦਾ, ਅਤੇ ਆਹ ਦੇਖੋ ਇੱਦਾਂ, ਅਤੇ ਆਹ ਹੈਗਾ ਸੈਂਸਰ। ਇੱਥੇ ਹੱਥ ਫੇਰੋ ਅਤੇ ਆਹ ਖੁੱਲ੍ਹ ਜਾਂਦਾ ਜੇ ਤੁਸੀਂ ਸੈੱਲ ਪਾ ਦਿੱਤੇ। ਸੋ ਪਹਿਲਾਂ ਮੈਂ ਸੈੱਲ ਪਾ ਦਿੰਦੀ ਹਾਂ ਅਤੇ ਫਿਰ ਮੈਂ ਤੁਹਾਨੂੰ ਅੱਗੇ। ਸੋ ਗਾਇਜ਼, ਇਹਦੇ ਵਿੱਚ ਡਬਲ ਏ ਬੈਟਰੀਆਂ ਪੈਣੀ ਆ 4, ਅਤੇ ਇਹਦਾ ਓਸੋ ਆਹ ਸਵਿੱਚ ਹੈ, ਆਹ ਹੈਗਾ ਔਨ ਅਤੇ ਹੈਗਾ ਔਫ। ਸੋ ਇਹਨੂੰ ਔਫ ਰਹਿਣ ਦਿੰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਹੋਰ ਕੀ ਵਿੱਚ ਆਉਂਦਾ ਹੈ ਡੋਪ ਬੋਕਸ ਦੇ। ਸੋ ਗਾਇਜ਼, ਮੈਂ ਬੋਕਸ ਵਿੱਚ ਮੈਨੂੰ ਆਹ ਵੀ ਸਮਾਨ ਲੱਭਿਆ, ਆਹ ਹੈਗਾ ਬਿਨ ਲਾਈਨਰ ਰਿੰਗ, ਇਹ ਹੈਗਾ ਜਿਹੜਾ ਬਿਨ ਲਾਈਨਰ ਹੁੰਦਾ ਹੈ ਲਿਫਾਫਾ, ਉਹ ਨਾ ਸਲਿਪ ਨਾ ਹੋ ਜਾਵੇ, ਸੋ ਇਹ ਉੱਥੇ ਹੁੰਦਾ ਉਹਨੂੰ ਹੋਲਡ ਕਰਨ ਵਾਸਤੇ। ਅਤੇ ਉਸ ਵਿੱਚ ਆਹ ਦੋ ਲੀਫਲੇਟ ਸੀਗੇ, ਇੱਕ ਹੈਗਾ ਉਹਨਾਂ ਨੂੰ ਰਿਵਿਊ ਦੇਣ ਵਾਸਤੇ, ਅਤੇ ਇੱਕ ਵੈਸੇ ਹੀ ਇੰਸਟਰਕਸ਼ਨਸ ਜੋ ਅਸੀਂ ਕਰ ਚੁੱਕੇ ਹਾਂ। ਅਤੇ ਓਲਸੋ ਉਹਨਾਂ ਨੇ ਫਰੀ ਦਿੱਤਾ ਸਾਨੂੰ, ਆਈ ਥਿੰਕ 3 ਬਿਨ ਲਾਈਨਰ ਫਰੀ ਦਿੱਤੇ ਉਹਨਾਂ ਨੇ, ਅਤੇ ਇਹ ਵੀ ਬਹੁਤ ਨਾਈਸ ਟੱਚ ਸੀਗਾ ਜੇ ਯੂ ਨੋ ਭੁੱਲ ਗਏ ਅਸੀਂ, ਪਰ ਅਸੀਂ ਹੋਰ ਲੈ ਚੁੱਕੇ ਹਾਂ। ਪਰ ਐਨੀਵੇਜ਼, ਆਹ ਫਰੀ ਲਾਈਨਰ ਨੇ, ਅਤੇ ਹੁਣ ਅਸੀਂ ਇਸ ਸੈਂਸਰ ਨੂੰ ਟੈਸਟ ਕਰਦੇ ਹਾਂ। ਸੋ ਗਾਇਜ਼, ਪਹਿਲਾਂ ਅਸੀਂ ਬਿਨ ਲਾਈਨਰ ਲਾ ਲੈਣੇ ਜਿਹੜਾ ਉਹਨਾਂ ਨੇ ਪ੍ਰੋਵਾਈਡ ਕੀਤੇ ਆ, ਜਿਹਦੇ ਕਿੰਨਾ ਡਿਸਕਾਊਂਟ ਨੇ। ਆਈ ਥਿੰਕ ਐਕਚੁਲੀ ਉਹਨਾਂ ਨੇ ਸਾਨੂੰ ਜਾਂ 3 ਦਿੱਤੇ ਆ। ਸੋ ਅਤੇ ਇਹਨੂੰ ਹੁਣ ਅਸੀਂ ਲਾ ਦਿੰਦੇ ਹਾਂ। ਸੋ ਗਾਇਜ਼, ਮੈਂ ਬਿਨ ਲਾਈਨਰ ਲਾ ਦਿੱਤਾ ਹੈ, ਅਤੇ ਮੈਂ ਰਿੰਗ ਵੀ ਲਾ ਦਿੱਤੀ ਆ, ਇਹਨੂੰ ਮੈਂ ਸਵਿੱਚ ਔਨ ਕਰਤਾ ਆ, ਅਤੇ ਹੁਣ ਇਹਨੂੰ ਮੈਂ ਉੱਪਰ ਲਾ ਲੈਂਦੀ ਹਾਂ, ਸੋ ਈਜ਼ੀਲੀ ਫਿੱਟ ਹੋ ਜਾਂਦਾ ਹੈ। ਅਤੇ ਹੁਣ ਇਹਨੂੰ ਅਸੀਂ ਬੰਦ ਕਰ ਦੇਣਾ, ਅਤੇ ਇਹਨੂੰ ਹੀ ਨਹੀਂ ਤੁਸੀਂ ਇਹਦਾ ਹੱਥ ਕਰਨਾ, ਇਹ ਖੁੱਲ੍ਹ ਜੂਗਾ। ਅਤੇ ਉਹ ਕਹਿੰਦੇ ਆ ਕਿ 5 ਸੈਕਿੰਡ ਸੋਰੀ ਆਟੋਮੈਟਿਕ ਬੰਦ ਹੋ ਜਾਂਦਾ। ਸੋ ਇੱਦਾਂ ਹੱਥ ਫੇਰਨਾ, ਅਤੇ 5 4 3 2 1 ਬੰਦ ਹੋ ਗਿਆ। ਸੋ ਗਾਇਜ਼, ਆਹ ਦੇਖੋ ਇੱਦਾਂ ਬਹੁਤ ਫਾਸਟ ਹੈ, ਅਤੇ 5 ਸੈਕਿੰਡ ਬਾਅਦ ਇਹਨੇ ਆਪ ਹੀ ਬੰਦ ਹੋ। ਆਖੋ ਇੱਦਾਂ ਹੱਥ ਕਰਨਾ, ਦੈਨ 5 ਸੈਕਿੰਡ ਦੇ ਬਾਅਦ ਬੰਦ ਹੋ ਜਾਣਾ। ਇਹ ਬਿਲਕੁਲ ਕੋਈ ਕੋਂਟੈਕਟ ਨਹੀਂ ਹੈਗਾ, ਸੋ ਹਾਈਜੀਨ ਵਾਸਤੇ ਵਧੀਆ, ਕਿਉਂਕਿ ਆਖੋ ਮੈਂ ਬਸ ਉਹਦੇ ਕੋਲ ਜਾਂਦੀ ਹਾਂ ਇੱਦਾਂ, ਮੈਨੂੰ ਟੱਚ ਨਹੀਂ ਕਰਦੀ, ਅਤੇ ਆਟੋਮੈਟਿਕਲੀ ਖੁੱਲ੍ਹ ਜਾਂਦਾ ਅਤੇ ਆਟੋਮੈਟਿਕਲੀ ਬੰਦ ਹੋ ਜਾਂਦਾ, ਸੋ ਬਹੁਤ ਹਾਈਜੀਨਿਕ ਹੈ। ਸੋ ਗਾਇਜ਼, ਇਹ ਹੈ ਸਾਡੇ ਨਵਾਂ ਬਿਨ, ਇਹ ਸਾਡੀ ਕੁਕਿੰਗ ਦੀ ਵੀਡੀਓ 'ਚ ਬਹੁਤ ਹੈਲਪ ਕਰੂਗਾ, ਕਿਉਂਕਿ ਸਾਨੂੰ ਨੋਰਮਲੀ ਹੱਥ ਲਾਉਣੇ ਪੈਂਦੇ ਆ, ਹੱਥ ਧੋਣੇ ਪੈਂਦੇ ਆ, ਸੋ ਪਾਣੀ ਵੀ ਸੇਵ ਹੁੰਦਾ ਹੈ ਇਨ ਥੀਰੀ। ਅਤੇ ਇਹ ਹੈ ਸਾਡਾ ਨਵਾਂ ਬਿਨ, ਅਤੇ ਅੱਜ ਦੀ ਵੀਡੀਓ ਮੈਂ ਇੱਥੇ ਕਰਦੀ ਹਾਂ। ਤੁਹਾਨੂੰ ਪਸੰਦ ਆਈ ਹੋਵੇ ਜ਼ਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ, ਤਾਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ। ਥੈਂਕਸ ਫੋਰ ਵਾਚਿੰਗ, ਬਾਏ। JMG ਵਲੌਗਸ 'ਚ ਵੈਲਕਮ ਹੈ। ਅੱਜ ਅਸੀਂ ਕਰੂੰਗੇ ਮੋਫੀ ਰਿਚਰਡਸ ਦੇ ਸੈਂਸਰ ਬਿਨ ਦੀ ਅਨਬੋਕਸਿੰਗ।